ਅਕਾਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਹੋਰ ਸਾਰੇ ਕਿੱਦਾਂ ਚੜ੍ਹਦੀ ਕਲਾ ਵਿੱਚ ਮਹਾਰਾਜ ਕਿਰਪਾ ਕਰਨ ਰਹਿੰਦੇ ਖੁਸ਼ੀਆਂ ਖੇੜੇ ਬਖਸ਼ੀ ਜਾਣ ਸਾਰਿਆਂ ਨੂੰ ਬਈ ਅੱਜ ਮੌਸਮ ਬਹੁਤ ਠੰਡਾ ਤੁਸੀਂ ਦੇਖਿਆ ਹੋਏਗਾ ਸ਼ਨੀਵਾਰ ਵਲੋਗ ਰਾਤ ਦਾ ਮੇਰਾ ਜਿਹੜਾ ਵਲੋਗ ਸੀ ਪਿਛਲਾ ਵਲੋਗ ਇੰਨੀ ਧੁੰਦ ਮੈਂ ਕਹਿੰਦਾ ਨਜ਼ਾਰੇ ਸੀਗੇ ਪੂਰੇ ਪੂਰੇ ਹੈਨਾ ਮਤਲਬ ਸਾਹਮਣੇ ਵਾਲਾ ਦਿਖ ਵੀ ਨਹੀਂ ਰਿਹਾ ਸੀਗਾ ਚਲੋ ਫਿਰ ਵੀ ਆਪਾਂ ਘਰ ਪਹੁੰਚ ਗਏ ਤਾਂ ਹੁਣ ਤਿਆਰ ਬਰ ਤਿਆਰ ਹੋ ਗਏ ਹਾਂ ਜੀ ਹੁਣ ਤੁਹਾਨੂੰ ਮੈਂ ਲੈ ਕੇ ਜਾ ਰਿਹਾ ਗੁਰਦੁਆਰਾ ਰਕਾਬਗੰਜ ਸਾਹਿਬ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਏਗਾ ਜੋ ਕਿ ਗੁਰਦੁਆਰਾ ਤਿਲਕ ਨਗਰ ਫਤਿਹ ਨਗਰ ਗੁਰਦੁਆਰੇ ਸਾਹਿਬ ਵਿੱਚ ਸਮਾਪਤੀ ਹੋਏਗੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਮਹਾਰਾਜ ਜੀ ਕੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆ ਹੋਇਆ ਆਹ ਜਿਹੜਾ ਨਗਰ ਕੀਰਤਨ ਦਿੱਲੀ ਕਮੇਟੀ ਵੱਲੋਂ ਕੱਢਿਆ ਜਾਂਦਾ ਦਿੱਲੀ ਦੀ ਸੰਗਤਾਂ ਵੱਲੋਂ ਕੱਢਿਆ ਜਾਂਦਾ ਬਹੁਤ ਵੱਡਾ ਨਗਰ ਕੀਰਤਨ ਹੁੰਦਾ ਅਤੇ ਮੈਂ ਤਿਆਰ ਬ ਤਿਆਰ ਹੋ ਗਿਆ ਅਤੇ ਵੱਜ ਚੁੱਕੇ ਹੈ ਨੌ ਅਤੇ ਚੱਲਦੇ ਹਾਂ ਅਸੀਂ ਕਮਲਦੀਪ ਸਿੰਘ ਮੈਨੂੰ ਆ ਰਿਹਾ ਲੈਣ ਉਹਦੀ ਬੁਲਟ 'ਤੇ ਚੱਲਾਂਗੇ ਡੁੱਗ ਡੁੱਗ ਕਰਦੇ ਹੋਏ ਠੀਕ ਹੈ ਅਤੇ ਨਗਰ ਕੀਰਤਨ ਪਹੁੰਚਾਂਗੇ ਅਤੇ ਤੁਹਾਨੂੰ ਉੱਥੇ ਸਾਰੇ ਨਗਰ ਕੀਰਤਨ ਦੇ ਜਿੰਨਾ ਹੋ ਸਕੇਗਾ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਤਾਂ ਚੱਲਦੇ ਹਾਂ ਤਿਆਰ ਬਸ ਤਿਆਰ ਮਿਲਦੇ ਹਾਂ ਤੁਹਾਨੂੰ ਥੱਲੇ ਕਮਲ ਬਾਈ ਆ ਗਿਆ ਥੱਲੇ ਤਾਂ ਚੱਲਦੇ ਹਾਂ ਨਗਰ ਕੀਰਤਨ 'ਚ ਤਿਆਰ ਬ ਤਿਆਰ ਹੋ ਜਾ ਭਾਈ ਜੀ ਭਾਈ ਜੀ ਕਾ ਖਾਲਸਾ ਜੀ ਕੀ ਫਤਿਹ ਕੀ ਹਾਲ ਹੈ ਚੜ੍ਹਦੀ ਕਲਾ ਚੱਲੀਏ ਫਿਰ ਆਪਣਾ ਗੱਡਾ ਆ ਗਿਆ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਰਕਾਬਗੰਜ ਸਾਹਿਬ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਹੈ ਨਾ ਉਹ ਆਰੰਭ ਹੋ ਚੁੱਕਿਆ ਅਤੇ ਹੁਣੀ ਹੁਣੀ ਜਿਹੜੇ ਆਪਾਂ ਤੁਹਾਨੂੰ ਦਰਸ਼ਨ ਕਰਾਏ ਹੈ ਸਕੂਲ ਦੇ ਬੱਚੇ ਜਿਹੜੇ ਛੋਟੇ ਛੋਟੇ ਸਕੂਲ ਦੇ ਬੱਚੇ ਆ ਉਹ ਤਿਆਰੀਆਂ ਕਰਕੇ ਇੱਥੇ ਨਗਰ ਕੀਰਤਨ ਵਿੱਚ ਹਾਜ਼ਰ ਹੋ ਕੇ ਸਕੂਲ ਦੇ ਨਾਲ ਅਤੇ ਨਗਰ ਕੀਰਤਨ ਦੀ ਸ਼ੋਭਾ ਜਿਹੜੀ ਆ ਵਧਾਉਂਦੇ ਨੇ ਛੋਟੇ ਛੋਟੇ ਬੱਚੇ ਆ ਤਾਂ ਉਹਨਾਂ ਨੂੰ ਆਪਾਂ ਤੁਹਾਨੂੰ ਦਿਖਾਇਆ ਅਤੇ ਹੁਣ ਚੱਲਦੇ ਹਾਂ ਹੋਰ ਅੱਗੇ ਤੇ ਪੂਰੇ ਨਗਰ ਕੀਰਤਨ ਦੇ ਦਰਸ਼ਨ ਕਰਾਵਾਂਗੇ ਫਿਰ ਪਾਲਕੀ ਸਾਹਿਬ ਦੇ ਵੀ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਆ ਜੀ ਅਖਾੜੇ ਆ ਚੁੱਕੇ ਆ ਜੀ ਹੁਣ ਦਸ਼ਮੇਸ਼ ਨੌਜਵਾਨ ਅਖਾੜਾ ਜਮਨਾ ਪਾਰ ਹਰਗੋਬਿੰਦ ਜੀ ਅਖਾੜਾ ਦਿੱਲੀ ਸਾਡੀਆਂ ਭੁਜੰਗ ਫੌਜਾਂ ਦਿੱਲੀ ਦੀਆਂ ਬਰਛੇ ਦੇ ਨਾਲ ਫੋਟੋਆਂ ਖਿਚਾ ਰਹੀਆਂ ਨੇ ਵਲੌਗ ਦੇਖਦੇ ਆ ਸਾਰੇ ਅਕਾਲੂ ਸਾਰੀਆਂ ਫੌਜਾਂ ਤਿਆਰ ਬ ਤਿਆਰ
ਕੁੜੀ ਦੋ ਮੁੰਡਿਆਂ ਨਾਲ ਲੜੇਗੀ ਜੀ ਆਹ ਦੇਖਿਓ ਹੁਣ ਤੁਸੀਂ ਅਕਾਲ ਹੁਣ ਤਿੰਨ ਹੋ ਗਏ ਤਿੰਨ ਇੱਕ ਹੋਰ ਆ ਗਿਆ ਉਹਨਾਂ ਦਾ ਸਾਥ ਦੇਣ ਲਈ ਗਜਰੇਲਾ ਆ ਗਿਆ ਗਜਰੇਲਾ ਮੈਂ ਕਹਿੰਦਾ ਨਜ਼ਾਰੇ ਵਾਲਾ ਪੂਰਾ ਮਾਲ ਠੋਕ ਕੇ ਪਾਇਆ ਨਾਲ ਆਹ ਦੇਖੋ ਕਾਠੀ ਚਾਂਪ ਅਤੇ ਰੁਮਾਲੀ ਰੋਟੀਆਂ ਦੋਨੋਂ ਬਾਈ ਲਪੇਟੀ ਜਾਂਦੇ ਆ ਅੱਜ ਖੇਲਿਆ ਘੱਟ ਅਸੀਂ ਖਾਇਆ ਜ਼ਿਆਦਾ ਆ ਗਿਆ ਆਪਣਾ ਅਖਾੜਾ ਸ਼ਕਤੀ ਮਾਤਾ ਸਾਹਿਬ ਕੌਰ ਜੀ ਦੇ ਪਾਣ ਪਿਤਾ ਮੰਦ ਚਰਨਾਂ ਨੂੰ ਭਾਵੇ ਨਿਹਾਲ ਹੋ ਜਾਵੇ ਆ ਫੌਜਾਂ ਜੀ ਆਪਣੀਆਂ ਸਾਰੀਆਂ ਸਬਸਕ੍ਰਾਈਬਰ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਆ ਗਈ ਪ੍ਰਤਾਪ ਸਾਡੀ ਲੈ ਉਹ ਤੇਰੀ ਚੋਕਲੇਟ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਫੌਜਾਂ ਹਾਜ਼ਰ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਚੜ੍ਹਦੀ ਗੱਲਾਂ ਜੀ ਵਾਹ ਜੀ ਵਾਹ ਜੀ ਹੋਰ ਜੀ ਵਾਹ ਜੀ ਗੁਰੂ ਕੀ ਲਾਡਲੀਆਂ ਫੌਜਾਂ ਜੀ ਇੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਸੰਗਤਾਂ ਨੂੰ ਲੰਗਰ ਛਕਾਇਆ ਜਾ ਰਿਹਾ ਜੀ ਚੈੱਕ ਕਰੋ ਜੀ ਥਾਰ ਪੂਰੀ ਤਿਆਰ ਬਸ ਤਿਆਰ ਹੈਲੋ ਸਾਡੀ ਪ੍ਰਤਾਪ ਕੌਰ ਜੀ ਇੱਥੇ ਬੈਠੀ ਹੈ ਪਾਰਟੀ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਦਾ ਅਖਾੜਾ ਚਲੋ ਜੀ ਪਹੁੰਚ ਗਏ ਆਪਾਂ
प्रताप नूं बहुत ज्यादा गहरी नींद आ गई और सो गई है बेचारी, थक गई है। ओ जा अपनी काल गोगी भाजी आ गए साडे। और भाजी
ਸਾਡੇ ਸਬਸਕ੍ਰਾਈਬਰ ਹੋਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੁਝ ਕਹਿਣਾ ਚਾਹੋਗੇ ਜੀ ਨਗਰ ਕੀਰਤਨ ਹੈਗਾ ਮਹਾਰਾਜ ਜੀ ਦਾ ਦਸਵੇਂ ਪਾਤਸ਼ਾਹ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਸਾਰੀ ਸੰਗਤਾਂ ਆਈ ਹੋਈਆਂ ਨੇ ਅਤੇ ਆਓ ਜਿਹੜੇ ਜਿਹੜੇ ਘਰ ਬੈਠੇ ਹੋਏ ਨੇ ਟੀ ਵੀ 'ਚ ਵੀ ਦੇਖ ਰਹੇ ਨੇ ਉਹ ਦੇਖ ਰਹੇ ਨੇ ਅੱਛੀ ਗੱਲ ਹੈ ਜਿਹੜੇ ਆ ਸਕਦੇ ਨੇ ਆ ਜਾਓ ਲਾਹਾ ਖੱਡੋ ਆ ਗਏ ਹੈ ਨਾ ਹਾਂਜੀ ਮੈਂ ਕਿਹਾ ਲਾਹਾ ਖੱਡੋ ਆ ਗਏ ਹਾਂਜੀ ਲਾਹਾ ਬਸ ਆਓ ਇੱਥੇ ਆ ਜੀ ਲਗਾਓ ਮਹਾਰਾਜ ਜੀ ਬਾਤ ਚੜ੍ਹਦੀ ਗੱਲ ਬਾਕੀ ਬਾਕੀ ਕਚਾਰੇ ਕੇ ਜਾਵੇ ਨਿਆਲ ਹੋ ਜਾਵੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਇਹ ਸਾਡੇ ਭਰਜਾਈ ਜੀ ਵਲੌਗ ਦੇਖਦੇ ਨੇ ਹੈਲੋ ਜੀ ਚਲੋ ਵਧੀਆ ਹੋਰ ਮਿਲਦੇ ਹਾਂ ਫਿਰ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰੋ ਲਾਈਕ ਕਰਿਓ ਥੈਂਕਸ ਭਾਈ ਥੈਂਕਸ ਚਲੋ ਚੱਲਦੇ ਹਾਂ ਅਖਾੜੇ ਵੀ ਚੱਲ ਪਏ ਅੱਗੇ ਨੂੰ ਮੋਤੀ ਨਗਰ ਇੱਥੇ ਲੱਗ ਗਿਆ ਸਾਡਾ ਅਖਾੜਾ
ਸਬਸਕ੍ਰਾਈਬਰ ਮੈਨੂੰ ਕਹਿੰਦੇ ਵੀਡੀਓ ਲੈ ਲਓ ਮੈਂ ਕਿਹਾ ਜ਼ਰੂਰ ਲਵਾਂਗਾ ਤੁਹਾਨੂੰ ਸਾਰਿਆਂ ਨੂੰ ਜੋ ਵੀ ਬੋਲਿਆ ਭਾਜੀ ਨੇ ਬੋਲਿਆ ਚੁੱਪ ਹੀ ਰਹਿ ਹੈਲੋ ਤਾਂ ਆ ਗਏ ਨੇ ਭਾਜੀ ਸੰਨੀ ਭਾਜੀ ਸਾਡੇ ਈਸਟ ਦਿੱਲੀ ਦੇ ਕੌਣ ਨੇ ਫੋਟੋਗ੍ਰਾਫਰ ਇਹ ਸਾਡੇ ਈਸਟ ਦਿੱਲੀ ਦੇ ਫੋਟੋਗ੍ਰਾਫਰ ਹੈ ਸਾਡੇ ਨਾਲ ਮਤਲਬ ਹੋ ਗਏ 10 ਤੋਂ 15 ਸਾਲ ਇਹਨਾਂ ਦੇ ਨਾਲ ਬਹੁਤ ਪਿਆਰ ਹੈ ਜਿੱਥੇ ਮਿਲਦੇ ਆ ਆਪਾਂ ਹੱਸੇ ਗੇੜੇ ਚੱਲਦੇ ਰਹਿੰਦੇ ਹਾਂ ਕਿਉਂ ਬਾਬਾ ਜੀ ਬਹੁਤ ਵਧੀਆ ਬਾਈ ਬਹੁਤ ਵਧੀਆ ਐਵੇਂ ਪਿਆਰ ਰਹਿਣਾ ਚਾਹੀਦਾ ਆਪਸ 'ਚ ਨਾ ਸਾਰਿਆਂ ਦਾ ਕਿਉਂ ਬਾਬਾ ਜੀ ਬਹੁਤ ਵਧੀਆ ਮੈਂ ਕਹਿ ਰਿਹਾ ਜੀ ਚੰਨੀ ਵਲੋਗਸ ਨੂੰ ਸਾਰੇ ਫੋਲੋ ਕਰੋ ਸਬਸਕ੍ਰਾਈਬ ਕਰੋ ਬਹੁਤ ਵਧੀਆ ਵੀਰਾ ਤੁਹਾਡਾ ਬਹੁਤ ਵਧੀਆ ਮਿਹਨਤ ਕਰਦਾ ਆ ਸਾਰੇ ਚੜ੍ਹਦੀ ਕਲਾ 'ਚ ਰੱਖੋ ਵੀਰੇ ਨੂੰ ਥੈਂਕਸ ਭਾਜੀ ਥੈਂਕਸ ਪਹਿਚਾਣ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ ਸ਼ੁਕਰ ਸਰ ਅਸੀਂ ਤੁਹਾਡੇ ਕੈਦੀ ਹਾਂ ਨਹੀਂ ਤਾਂ ਸਾਡੀਆਂ ਫੌਜਾਂ ਆ ਗਈਆਂ ਨੇ ਜੀ ਸਾਰੀਆਂ ਅਸੀਂ ਫੌਜ ਹੀ ਹਾਂ ਰਜੌਰੀ ਗਾਰਡਨ ਇੱਥੇ ਸਾਰੀਆਂ ਫੌਜਾਂ ਆਪਣੀਆਂ ਆ ਗਈਆਂ ਨੇ ਇਕੱਠੀਆਂ ਹੋ ਗਈਆਂ ਨੇ ਹੁਣ ਆਪਾਂ ਲੈ ਰਹੇ ਹਾਂ ਆਨੰਦ ਲੰਗਰ ਪਾਣੀ ਛੱਕ ਰਹੇ ਹਾਂ ਅਤੇ ਮਜ਼ੇ ਲੈ ਰਹੇ ਹਾਂ ਨਹੀਂ ਆਉਂਦਾ ਆਪਾਂ ਬਹਿ ਗਏ ਹਾਂ ਜੀ ਆਟੋ ਵਿੱਚ ਆਟੋ 'ਚ ਬਹਿ ਕੇ ਆਪਾਂ ਜਾ ਰਹੇ ਹਾਂ ਬਲਜੀਤ ਨਗਰ ਛਾਉਣੀ ਆਪਣੀ ਉੱਥੇ ਨਾ ਸਕੂਟੀ ਖੜੀ ਹੈ ਸਕੂਟੀ ਚੱਕ ਕੇ ਫਿਰ ਆਪਾਂ ਤੁਰ ਜਾਵਾਂਗੇ ਆਪਣੇ ਘਰ ਨੂੰ ਮੌਸਮ ਬਾਹਰ ਦਾ ਠੰਡਾ ਹੋ ਹੀ ਹੈ ਅਤੇ ਆਪਾਂ ਗਿਆ ਟਾਈਮ ਸਿਰ ਘਰ ਪਹੁੰਚ ਜਾਈਏ ਆਪਣੇ ਆਟੋ ਵਾਲਾ ਬਾਈ ਚਲਾਉਂਦਾ ਪਿਆ ਹੈ ਬਹੁਤ ਠੰਡ ਹੋ ਗਈ ਹੈ ਬਾਈ ਬਹੁਤ ਠੰਡ ਹੋ ਗਈ ਹੈ ਠੰਡੀ ਠੰਡ ਹੈ ਠੰਡੀ ਠੰਡ ਯਾਰ ਨਗਰ ਮੇਰੀ ਗਲੀ ਦੇ ਕੋਨੇ ਲਾ ਲਓ ਕਾਲੂ ਚਲੋ ਜੀ ਚਲੋ ਸਤਨਾਮ ਸ਼੍ਰੀ ਵਾਹਿਗੁਰੂ ਠੀਕ ਹੈ ਬਾਬਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਲਦੇ ਹਾਂ ਫਿਰ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਗੋਗੀ ਬਾਈ ਗਿਆ ਘਰ ਅਸੀਂ ਚੱਲਦੇ ਆਪਣੇ ਹੋਰ ਬਾਟੀ ਜੀ ਕਿਸੇ ਆਗ ਲਗਾ ਰੱਖੀ ਹੈ ਕੰਮ ਕਰ ਰਹੇ ਹੋ ਕਰੋ ਕੰਮ ਕਰੋ ਉਹ ਵਾਲਾ ਕੰਮ
ਹਾਂਜੀ ਪਹੁੰਚ ਗਏ ਜੀ ਘਰ ਆਪਣੇ। ਅੱਜ ਤੇ ਠੰਡ ਨਾਲ ਲੜਾਈ ਕਰਦੇ ਕਰਦੇ ਆਏ ਆ, ਠੰਡ ਗਏ ਇੱਥੇ ਹੀ ਰੁਕ ਜਾਓ। ਮੈਂ ਕਿਹਾ ਨਹੀਂ ਯਾਰ ਮੈਨੂੰ ਜਾਣਾ ਘਰ, ਘਰ ਜਾ ਕੇ ਆਰਾਮ ਕਰਾਂਗੇ, ਨੀਂਦ ਪੂਰੀ ਕਰਾਂਗੇ, ਕਿਉਂਕਿ ਕੱਲ ਸ਼ਨੀਵਾਰ ਸੀਗਾ। ਸ਼ਨੀਵਾਰ ਪੂਰੀ ਰਾਤ ਬਾਹਰ ਸਵੇਰੇ 4 ਵਜੇ ਆਏ, ਸਵੇਰੇ 8 ਵਜੇ ਤੁਰ ਕੇ ਆਪਣਾ ਫਿਰ ਪਹੁੰਚ ਗਏ ਰਕਾਬਗੜ ਸਾਹਿਬ, ਤੇ ਅੱਜ ਫਿਰ 11 ਵਜੇ ਘਰ ਆਉਂਦੇ ਆਉਂਦੇ। ਮਤਲਬ ਆਰਾਮ ਨਹੀਂ ਹੋਇਆ ਸਰੀਰ ਨੂੰ, ਹੁਣ ਆਰਾਮ ਚਾਹੀਦਾ। ਅੱਜ ਕਰਾਂਗੇ ਆਪਣੇ ਘਰ ਆਰਾਮ, ਨੀਂਦ ਆਰਾਮ ਨਾਲ ਪੂਰੀ ਕਰਾਂਗੇ। ਸਵੇਰੇ ਉੱਠਾਂਗੇ ਥੋੜ੍ਹੀ ਜਿਹੀ ਲੇਟ, ਠੀਕ ਹੈ ਜੀ। ਅਤੇ ਅੱਜ ਸਾਨੂੰ ਬਹੁਤ ਸਾਰੇ ਸਬਸਕ੍ਰਾਈਬਰ ਮਿਲੇ, ਛੋਟੇ ਤੋਂ ਲੈ ਕੇ ਵੱਡੇ ਤੱਕ, ਮਤਲਬ ਛੋਟੀ ਉਮਰ ਦਾ ਔਰ ਵੱਡੀ ਵੱਡੀ ਏਜ ਦੇ। ਮੈਨੂੰ ਕੋਈ ਆਂਟੀ ਮਿਲ ਰਹੀ ਹੈ, ਕੋਈ ਅੰਕਲ ਜੀ ਮਿਲ ਰਹੇ ਹੈ, ਮਤਲਬ ਇੰਨੀ ਏਜਡ। ਅਤੇ ਚੰਨੀ ਵਲੋਗ ਕਰੀ ਜਾਂਦੇ ਹੈ ਨਾ, ਧੰਨ ਧੰਨ ਕਰਾਈਏ ਤੁਸੀਂ ਸਾਰਿਆਂ ਨੇ ਰਲ ਕੇ, ਤਾਂ ਵਲੋਗ ਤੁਹਾਨੂੰ ਸਾਰਿਆਂ ਨੂੰ ਅੱਛੇ ਲੱਗਦੇ ਹੈ। ਮੈਂ ਹੋਰ ਕੋਸ਼ਿਸ਼ ਕਰਾਂਗਾ ਇੱਦਾਂ ਹੋਰ ਵਧੀਆ ਵਧੀਆ ਤੁਹਾਨੂੰ ਵਲੋਗ ਇੱਦਾਂ ਹੀ ਦਿਖਾਈ ਜਾਈਏ, ਗੁਰੂ ਘਰ ਦੀਆਂ ਯਾਤਰਾ ਕਰਾਈ ਜਾਈਏ, ਹੈ ਨਾ, ਤਾਂ ਵਧੀਆ। ਅਤੇ ਪ੍ਰਚਾਰ ਵੀ ਮਹਾਰਾਜ ਆਪਣੇ ਆ ਵੀ ਕਰਾ ਲੈਣ ਸਾਡੇ ਤੋਂ, ਅਤੇ ਬੱਚੇ ਇੰਨਾ ਪਿਆਰ ਦਿੰਦੇ ਹੈ ਔਰ ਉਹਨਾਂ ਦੇ ਮਾਂ ਪਿਓ ਇੰਨਾ ਪਿਆਰ ਦਿੰਦੇ ਹੈ। ਇੱਕ ਸਬਸਕ੍ਰਾਈਬਰ ਸਾਨੂੰ ਮਿਲਣਾ ਸੀਗਾ ਪਰ ਮਿਲ ਨਹੀਂ ਪਾਇਆ, ਪਕੌੜੇ ਵਾਲੇ ਸਟੋਲ 'ਤੇ ਉਹਨਾਂ ਦੀ ਮਾਤਾ ਜੀ ਮੈਨੂੰ ਮਿਲੀ ਸੀ, ਅਤੇ ਕਹਿੰਦੇ ਮੇਰਾ ਬੱਚਾ ਉੱਥੇ ਹੈਗਾ ਅਤੇ ਉਹਨਾਂ ਨੂੰ ਮਿਲਣਾ ਜ਼ਰੂਰ। ਮੈਂ ਗਿਆ ਸੀ ਸਟੋਲ 'ਤੇ ਪਰ ਉਹ ਮੈਨੂੰ ਮਿਲੇ ਨਹੀਂ। ਕੋਈ ਨਾ, ਆਪਾਂ ਨੈਕਸਟ ਵੀਕ ਜਾਂ ਨੈਕਸਟ ਟਾਈਮ ਕਦੀ ਵੀ ਵਲੋਗ ਦੇ ਅੰਦਰ ਮਿਲਾਂਗੇ ਜ਼ਰੂਰ, ਸਾਰਿਆਂ ਨੂੰ ਦਿਖਾਵਾਂਗੇ ਕਿ ਆਹ ਬਾਈ ਸੀਗਾ ਜਿਹੜਾ ਆਪਾਂ ਉਸ ਦਿਨ ਮਿਲ ਨਹੀਂ ਪਾਏ। ਬਾਕੀ ਜਿਹੜੇ ਜਿਹੜੇ ਮਿਲੇ ਉਹਨਾਂ ਨੂੰ ਮੈਂ ਦਿਲੋਂ ਥੈਂਕਸ ਬੋਲਦਾ ਵਾਂ, ਬਹੁਤ ਅੱਛਾ ਲੱਗਿਆ ਸਾਰੇ ਨਾਲ ਮਿਲ ਕੇ। ਅਤੇ ਇੱਦਾਂ ਹੀ ਮਿਲਦੇ ਰਹਾਂਗੇ, ਇੱਦਾਂ ਹੀ ਗੱਲਬਾਤ ਚੱਲਦੀਆਂ ਰਹਿਣਗੀਆਂ। ਹੁਣ ਕਰਾਂਗੇ ਆਰਾਮ, ਮਿਲਦੇ ਹਾਂ ਫਿਰ ਨੈਕਸਟ ਵੀਡੀਓ ਵਿੱਚ। ਓਕੇ ਫਿਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।